السلام علیکم ورحمۃ اللہ وبرکاتہ, لاکھوں کروڑوں درود حضور نبی پاک صلی اللہ علیہ وسلم اور آپ کی آل پر. جناب الحمدللہ عز و جل نیئرلی فیضان مدینہ کو پہنچ آئے ہیں. رش ٹریفک بے انگم طریقے دی ہے, کوئی سمجھ نہیں آتی پی. تو چلو اللہ پاک خیر کرے گا, نماز جمعہ ادا کرنی ہے تو آخری جماعت کا جڑا نا ٹائم ہے. ਅੱਗੇ ਸਾਨੂੰ ਸਾਡੇ ਭਾਈ ਨੇ ਹਾਜੀ ਇਰਫਾਨ ਅਤਾਰੀ ਸਾਹਿਬ ਉਹਨਾਂ ਦਾ ਵੀ ਮੈਸੇਜ ਆਇਆ ਸੀ ਕਿ ਰਵ ਭਾਈ ਇਹ ਮਹੀਨਾ ਹੈ ਜੇ ਤੁਹਾਡੇ ਕੋਲ 4 ਵਜੇ ਵਾਲੇ ਟਾਈਮ ਦਾ. ਮੈਂ ਚਲੋ ਜਿਚਰੇ ਹੈ ਇਹਦੇ ਤੋਂ ਤਾਂ ਫਾਇਦਾ ਉਠਾਓ ਨਾ, ਕਿਉਂਕਿ ਜ਼ਾਹਿਰ ਇਸ ਮਹੀਨੇ ਦੇ ਐਂਡ ਦਾ ਘੰਟਾ ਛੰਟਾ ਚੇਂਜ ਹੋਣਾ ਤਾਂ ਫਿਰ ਟਾਈਮ ਜਿਹੜੇ ਨੇ ਬਹੁਤ ਸ਼ਾਰਟ ਹੋ ਜਾਣਗੇ, 4 ਵਾਲੇ ਤਾਂ ਖਤਮ ਹੋ ਜਾਵੇਗਾ. ਪਰ ਚਲੋ ਬੈਕ ਟੂ ਨੋਰਮਲ ਆਪਣੀ ਰੂਟੀਨ 'ਤੇ, ਜਿਸ ਤਾਂ ਅੱਗੇ ਪੜ੍ਹੀ ਦੇ ਉਸੇ 'ਤੇ ਪੜ੍ਹਾਂਗੇ. ਅਤੇ ਹੁਣ 4 ਵਾਲੇ ਦਾ ਪਤਾ ਸੀ ਤਾਂ ਚਲੋ ਤਾਂ ਰਿਸਕ ਲੈ ਲਈ ਦਾ ਗਾ, ਪਿਛਾਂ ਕੋਈ ਮੱਛੀ ਆਵੇ ਸਜੇ ਖੱਬੇ ਕਰ ਲਵੀ ਦੀ ਸੀ. ਇਹ ਜਨਾਬ ਦੇਖੋ ਸਾਹਮਣੇ ਫਿਜ਼ਾਨ ਮਦੀਨਾ ਆ ਗਿਆ, ਇੱਥੇ ਚੱਲਣੇ ਆ ਜੁਮੇ ਦੀ ਅਦਾਇਗੀ ਕਰਨੀ ਹੈ, ਕਿਉਂਕਿ 1:30, 2:30, 4 ਵਜੇ ਵਾਲਾ ਹੁਣ ਅਸਾਂ ਕੋਲ ਆਇਆ, ਟਾਈਮ ਲੱਗਿਆ ਅਲਹਮਦੁਲਿਲਾ. ਬਾਤ ਹੁੰਦੀ ਹੈ ਨਸੀਬਾਂ ਦੀ ਸਾਰੀ ਇਸ ਮੌਕੇ 'ਤੇ ਹੀ ਹੈ ਜਿਹੜਾ ਨਾ ਇਹ ਨਸੀਬਾਂ ਮੇ ਥਾ 4 ਵਜੇ ਵਾਲਾ ਤੋਂ ਅਲਹਮਦੁਲਿਲਾ ਹਮ ਪਹੁੰਚ ਆਏ ਹਾਂ. ਜਨਾਬ ਅੰਦਰ ਚੱਲਣੇ ਆ, ਵਜ਼ੂ ਸ਼ੁਰੂ ਕਰਨੇ ਆ ਅਤੇ ਨਮਾਜ਼ ਦੀ ਅਦਾਇਗੀ ਕਰਨੇ ਆ. ਇਸੇ ਮੌਕੇ 'ਤੇ ਮੀਆਂ ਮੁਹੰਮਦ ਬਖਸ਼ ਅਰਫ ਖੜੀ ਰਹਿਮਤੁਲਿਲਾ ਅਲੈ ਫਰਮਾਉਂਦੇ ਨੇ, ਆਸੇ ਆਸੇ ਉਮਰ ਗਜ਼ਾਰੇ ਤੇ ਮੈਂ ਚੱਲੇ ਨੇ ਪੌਰ ਹਜ਼ਾਰਾਂ, ਮਾਲੀ ਬਾਗ ਨੀ ਵੇਖਣ ਦੇਂਦਾ ਤੇ ਆਈਆਂ ਨੇ ਜਦੋਂ ਬਹਾਰਾਂ, ਲੱਗਦੀ ਕੋਲੋਂ ਹੈ ਟੁੱਟਦੀ ਚੰਗੀ ਤੇ ਬੇਕਦਰਾਂ ਦੀ ਯਾਰੀ, ਆਵਰਮਾਂਦੇ ਨੇ ਲੱਗਦੀ ਕੋਲੋਂ ਟੁੱਟਦੀ ਚੰਗੇ ਤੇ ਬੇਗਦਰਾਂ ਦੇ ਯਾਰੀ, ਭਲਾ ਹੋਵੇ ਲੜ ਨੇੜਿਓ ਛੁੱਟਿਆ ਤੇ ਉਮਰ ਨੇ ਗੁਜ਼ਰੇ ਸਾਰੇ. ਤੇ ਜਨਾਬ ਆਪ ਫਰਮਾਉਂਦੇ ਨੇ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ ਤੇ ਸਦਕੇ ਜਾਉ ਨਾ ਉੱਚਿਆਂ ਤੂੰ, ਜਿੰਨਾ ਅਸਾਂ ਨੀਵਿਆਂ ਨਾਲ ਨਭਾਈ. ਲਓ ਜੀ ਹੁਣ ਵਜ਼ੂ ਸ਼ੁਰੂ ਕਰੀਏ ਤੇ ਬਾਕੀ ਦੀਆਂ ਬਾਤਾਂ ਇਨਸ਼ਾਅੱਲਾ ਫੇਰ. ਜ਼ਾਕੁਮੁੱਲਾ ਖੈਰ, ਮਿਲਦੇ ਹਾਂ ਨੈਕਸਟ. ਅਗਲਾ ਜਿਹੜਾ ਪ੍ਰੋਸੀਜਰ ਕੋਈ ਹੋਰ ਸ਼ੁਰੂ ਕਰਨੇ ਹਨ ਉਹਦੇ ਫਿਰ ਆਉਂਦੀ ਹੈ ਮੁਲਾਕਾਤ ਜੀ. ਅਲਹਮਦੁਲਿਲਾ ਅੱਜ ਵਜਾ ਨਮਾਜ਼ ਜੁਮਾ ਦੀ ਅਦਾਇਗੀ ਹੋ ਗਈ ਹੈ ਅਲਹਮਦੁਲਿਲਾ ਬਖੈਰ ਵਫੀਅਤ. ਅੱਜ ਜਨਾਬ ਨਵਾਂ ਐਲਾਨ ਹੋਇਆ ਜੇ ਇਸ ਮਹੀਨੇ ਦੇ 3 ਵੀਕ ਰਹਿੰਦੇ ਨੇ ਹੋਰ 3 ਜੁਮੇ, ਉਹ ਇਨਸ਼ਾਅੱਲਾ ਜਿਹੜਾ ਅੱਗੇ 4 ਵਜੇ ਹੁੰਦਾ ਸੀ ਨਾ, ਉਹ ਨੈਕਸਟ 3 ਜੁਮੇ ਜਿਹੜੇ ਨੇ ਅਲਹਮਦੁਲਿਲਾ 3:15 ਹੋਣਗੇ, ਕਿਉਂਕਿ ਜ਼ਾਹਿਰ ਟਾਈਮ ਸ਼ਾਰਟ ਹੁੰਦਾ ਜਾ ਰਿਹਾ. ਬਾਕੀ ਅਲਹਮਦੁਲਿਲਾ ਜਨਾਬ ਮੌਸਮੀ ਹਾਲਾਤ ਵੀ ਜਿਹੜੇ ਨੇ, ਦਿਹਾੜੀ ਠੀਕ ਹੀ ਸੀ ਤਾਂ ਹੁਣ ਝੜ ਛੜਦਾ, ਤੇਜ਼ ਹਵਾਵਾਂ ਚੱਲਣ ਲੱਗ ਪਈਆਂ. ਖੈਰ ਰੱਖਿਆ ਸੀ ਹੁਣ ਕੁਛ
ਸ਼ਿਸ਼ਟਮਨਾ ਉਹਨੂੰ ਆਉਣ ਕਰਕੇ ਤਾਂ ਕੋਈ ਰੋਜ਼ੀ ਰਿਜ਼ਕ ਦੀ ਤਲਾਸ਼ ਮੇਂ ਨਿਕਲਤੇ ਹੈ ਤਾਂ ਦੇਖਤੇ ਹੈ ਅੱਲਾਹ ਪਾਕ ਕਰਮ ਕਰੇਗਾ ਇਨਸ਼ਾ ਅੱਲਾਹ। ਜਨਾਬ ਅਲਹਮਦੁਲਿਲਾ ਵਾਪਸ ਘਰ ਪਹੁੰਚ ਆਇਆ, ਇਹ ਕੱਢਿਆ ਨਾਰ ਆ ਕੇ, ਮੈਂ ਨਾਰ ਖਾਈਏ ਅੱਗੇ ਘਰ ਆਇਆ, ਦੇਖਿਆ ਜਨਾਬ ਮਾਸ਼ਾ ਅੱਲਾਹ ਤਬਾਰਕੁਰ ਰਹਿਮਾਨ ਬਿਰਯਾਨੀ ਬਣ ਰਹੀ ਹੈ। ਇਹ ਦੇਖੋ ਬਿਰਯਾਨੀ ਦਾ ਮਸਾਲਾ, ਇੱਧਰ ਚਾਵਲ ਭਿੱਜੇ ਪਏ ਨੇ, ਇਸ ਪਾਸੇ ਜਨਾਬ ਬਣਦੇ ਨੇ ਚਪਲੀ ਕਬਾਬ ਬਣਨੇ ਨੇ, ਠੀਕ ਹੈ ਜੀ। ਮੈਂ ਕਿਹਾ ਜੀ ਕੀ ਵਜ੍ਹਾ ਬਣੀ ਹੈ, ਕੀ ਕੋਈ ਮਸਲਾ ਬਣ ਗਿਆ, ਇਤਨੀਆਂ ਤਾਂ ਹਮ ਤੁਮ ਤਾਂ ਉਹਨਾਂ ਕਿਹਾ ਜੀ ਸਾਡੇ ਘਰ ਕੋਈ ਆ ਰਿਹਾ ਬੰਦਾ, ਕੋਈ ਮਹਿਮਾਨ ਆ ਰਿਹਾ, ਪਰ ਪਤਾ ਨਹੀਂ ਅਜੇ ਤੱਕ ਪਤਾ ਨਹੀਂ ਲੱਗਾ ਕੌਣ ਆ ਰਿਹਾ, ਠੀਕ ਹੈ ਜੀ। ਇਸ ਵਾਸਤੇ ਸਿਰਫ ਉਹਨਾਂ ਦੀ ਫਰਮਾਇਸ਼ ਜੀ ਬਿਰਯਾਨੀ ਖਾਧੀ ਜਾਏਗੀ, ਬਾਕੀ ਕੋਈ ਕੁਝ ਲੰਮਾ ਚੌੜਾ ਜੇ ਉਹ ਹਮ ਤੁਮ ਨਹੀਂ ਹੈ, ਮਗਰ ਫਿਰ ਵੀ ਨਾਲ ਆਦਨ ਘਰ ਵਾਲੇ ਜਿਹੜੇ ਸ਼ੈਫ ਨੇ ਸਾਡੇ ਉਹ ਆਦਨ ਜੀ ਨਾਲ ਬਣਨਗੇ। ਬਾਬ ਇਹ ਇਨਕਾ ਮਸਾਲੇ ਕੋ ਮਿਕਸਿੰਗ ਹੋ ਰਹੀ ਹੈ, ਠੀਕ ਹੈ ਜੀ। ਬਾਕੀ ਜਿਹੜਾ ਬਿਰਯਾਨੀ ਦਾ ਮਸਾਲਾ ਬਿਲਕੁਲ ਰੈਡੀ ਹੈ, ਮੈਂ ਹੁਣ ਥੋੜ੍ਹੀ ਜਿਹੀ ਨਮਾਜ਼ ਪੜ੍ਹ ਸਾਂ, ਉਸ ਤੋਂ ਬਾਅਦ ਮੈਂ ਜਿਹੜਾ ਨਾ ਅਨਾਰ ਦੇ ਨਾਲ ਲੈਗਾ। ਈਸਾ ਸਾਹਿਬ ਤੁਸੀਂ ਕਿੱਧਰ ਹੋ? ਅਸਲਾਮ ਅਲੈਕੁਮ ਰਹਿਮਤੁਲਲਾਹ ਵਬਰਕਾਤੁਹ ਲੱਖ ਹਦੂਦ ਹਦੂਦ ਪਾਕ। ਅੱਜ ਜੀ ਸਾਡੇ ਘਰ ਇੱਕ ਸਪੈਸ਼ਲ ਮਹਿਮਾਨ ਹੈ, ਜੋ ਅਸੀਂ ਉਹ ਨਹੀਂ ਤੁਹਾਨੂੰ ਵੀ ਜਿਸ ਨਹੀਂ ਬਤਾ ਸਕਦੇ, ਅਤੇ ਉਹ ਡੈਡੀ ਨਮਾਜ਼ ਪੜ੍ਹ ਸਨ, ਅਤੇ ਫਿਰ ਦੁਬਾਰਾ ਜਦ ਮਹਿਮਾਨ ਸੀ ਫਿਰ ਗੱਲਬਾਤ ਉਸੀ। ਅਤੇ ਵੱਡੇ ਭਾਈ ਕਿੱਧਰ ਗਏ ਨੇ? ਚਲੋ ਠੀਕ ਹੈ, ਓਕੇ ਜੀ। ਇਹ ਜਨਾਬ ਦੇਖ ਲਓ ਸਾਡੀ ਬਿਰਯਾਨੀ ਦਾ ਫਾਈਨਲੀ ਲੁੱਕ ਜਿਹੜਾ, ਅਸਲ ਜਿਹੜਾ ਬਿਰਯਾਨੀ ਪੈਕ ਹੋ ਰਹੀ ਸੀ ਨਾ, ਤਹਿਵਾਂ ਲੱਗ ਰਹੀ ਹੈ, ਉਸ ਵੇਲੇ ਮੈਂ ਅੰਦਰ ਚਲਾ ਗਿਆ ਸਾਂ। ਮਾਸ਼ਾ ਅੱਲਾਹ ਤਬਾਰਕਾ ਰਹਿਮਾਨ, ਇਸ ਕੋ ਆਖਦੇ ਹੈ ਸੁਪਰ ਡੂਪਰ ਨਜ਼ਾਰਿਆਂ ਵਾਲੀ ਸਿੰਧੀ ਬਿਰਯਾਨੀ, ਬਲਕਿ ਇਹਨੂੰ ਆਖੋ ਤੁਸੀਂ ਦੇਸੀ ਬਿਰਯਾਨੀ, ਜਿਹੜਾ ਮਰਜ਼ੀ ਨਾਂ ਰੱਖ ਲਓ ਤੁਸੀਂ, ਪਰ ਸੋਹਣੇ ਜਨਾਬ ਪੂਰੇ ਜੋਬਣ ਦੇ ਮਾਸ਼ਾ ਅੱਲਾਹ। ਅਸੀਂ ਆਏ ਹਾਂ ਇੱਥੇ ਨਾਸ਼ਤਾ ਕਰਨ, ਤਾਂ ਇੱਥੋਂ ਜਨਾਬ ਪਾਕਿਸਤਾਨ ਦੇ ਬੜੇ ਜਨਾਬ ਮਰੂਫ ਐਕਟਰ ਜਿਹੜੇ ਨੇ ਇਹ ਵੀ ਇੱਥੇ ਸਾਨੂੰ ਮਿਲ ਗਏ ਨੇ, ਇਹਨਾਂ ਨਾਲ ਸਲਾਮ ਦੁਆ ਹੋਈ ਹੈ। ਇਹ ਦੇਖਿਆ ਇਹ ਆਏ ਨੇ, ਤਾਂ ਇਹ ਦੇਖ ਲਓ ਜਨਾਬ, ਹੁਣ ਅਸੀਂ ਇੱਥੇ ਨਾਸ਼ਤਾ ਕਰਨ ਆਏ ਹਾਂ ਕਿਆਨੀ ਸਾਹਿਬ ਨਾਲ, ਕਿਆਨੀ ਸਾਹਿਬ ਆਏ ਨੇ ਉਹਨਾਂ ਨਾਲ ਆਏ ਹਾਂ। ਮੈਂ ਜ਼ਰਾ ਹੋਰ ਚੱਕਰ 'ਚ ਲੱਗ ਗਿਆ ਸਾ ਨਾ, ਮੈਨੂੰ ਚੇਤਾ ਨਹੀਂ ਆਇਆ। ਕਮਦੀਪ ਕਿੱਧਰ ਗਿਆ? ਕਮਦੀਪ ਵੀ ਵਿੱਚ ਆ ਗਿਆ, ਈਸਾ ਇੱਧਰ ਆਪਣਾ ਕੰਮ ਪਾਇਆ ਇਸ ਪਾਸ ਆਇਆ। ਸਾਹਿਬ ਸੁਣਾਓ, ਨਾਸ਼ਤਾ ਹੋ ਗਿਆ? ਹਾਂਜੀ, ਹੁਣ ਬੈਰਿਸਟਰ ਸਾਹਿਬ ਹੁਣ ਕੀ ਮਿਸ਼ਨ ਹੈ ਤੁਹਾਡਾ ਭਾਈ ਸਾਹਿਬ? ਉਹ ਤਾਂ ਗੱਲ ਹੋ ਗਈ ਹੈ ਜਿਹੜੀ ਹੋ ਗਈ ਹੈ, ਨਹੀਂ ਹੁਣ ਜਿਹੜਾ ਅਗਲਾ ਮਿਸ਼ਨ ਹੈ ਹੁਣ ਤਾਂ ਮੇਰੇ ਨਾਲ ਤੁਸੀਂ ਹੋ ਗਏ ਹੋ ਭਾਈ ਸੇਠ ਹਨ, ਹੁਣ ਮੈਂ ਫਾਰਗ, ਮੈਂ ਹੁਣ ਫਾਰਗ ਹਾਂ, ਮੁਲਾਕਾਤ ਜ਼ਾਹਿਰ ਹੈ ਜੀ। ਅਸੀਂ ਤਾਂ ਫਿਰ ਆਖੋ ਯੂਟਿਊਬ ਦੇ ਨਾਲ ਚਾੜੀ, ਹੁਣ ਆਪੂ ਆਖ ਦਿਓ ਵੀ ਮੈਂ ਜਾਏਗੀ ਗੱਲ, ਤਾਂ ਮੈਂ ਨਾ ਹੁਣ ਲਗਾ ਕੁਝ ਵੀ ਆਖਾਂ, ਅਗਲਾ ਤਾਂ ਮੈਂ ਚਲੋ ਬਰਦਾਸ਼ਤ ਕਰ ਗਿਆ ਤਾਂ ਹੁਣ ਨਹੀਂ, ਅਤੇ ਹੁਣ ਅਸੀਂ ਵੀ ਜਾਵਾਂਗੇ ਜਨਾਬ ਕੰਮ ਸ਼ਮ, ਤਾਂ ਕਿਉਂਕਿ ਭਾਈ ਜਿਹੜੇ ਵੀਸਾ ਸਾਹਿਬ ਇੰਜੋਏ ਕਰ ਰਹੇ ਨੇ, ਇਹ ਦੇਖ ਲਓ ਜੀ
ਮਿਰਸਾ ਸਾਹਿਬ ਜਨਾਬ ਟੇਸਟ ਆਫ ਪਾਕਿਸਤਾਨ ਨੂੰ ਇੰਜੋਏ ਕਰ ਰਹੇ ਰਸ਼ਕਾ ਚਲਾ। ਕਮਦੀਪ ਆ ਜਾ ਰਸ਼ਕੇ ਦਾ ਬਹਿ ਯਾਰਾ, ਮੋਟਰਸਾਈਕਲ ਦਾ ਬਹਿ ਨਹੀਂ ਯਾਰਾ ਤੂੰ ਵੀ ਕਮਦੀਪ, ਚੱਲ ਇੱਧਰ ਆਓ ਕਮਦੀਪ ਨੂੰ ਬਹਿਣ ਦੇ, ਉਤਰ ਤੂੰ ਉਤਰ ਨੀਚੇ। ਕਿਆਨੀ ਨੂੰ ਲੱਗੀ ਸੀ ਸਰਦੀ, ਹੁਣ ਬਾਹਰ ਖਲੋਤਾ ਧੁੱਪ ਨਿਕਲੀ ਹੈ ਸੋਹਣੀ। ਇਹ ਜਨਾਬ ਦੇਖ ਲਓ ਲੇਡੀਪੁਰ ਦਾ ਮਾਹੌਲ, ਤਾਂ ਸੋਹਣਾ ਸੂਰਜ ਜਿਹੜਾ ਨੇ ਟਕਾਵਾਂ ਨਿਕਲਿਆ। ਇੱਧਰ ਈਸਾ ਸਾਹਿਬ ਵੀ ਖਲੋ ਕੇ ਮਜ਼ੇ ਕਰ ਰਹੇ ਨੇ, ਇਹ ਜਨਾਬ ਭਾਈ ਨੇ ਸਾਡੇ, ਇਹ ਸ਼ਬੀਰ ਸਾਹਿਬ ਨੇ। ਅਤੇ ਹੁਣ ਮੌਸਮ ਨੂੰ ਅਸੀਂ ਜਿਹੜਾ ਨਾ ਕਿਆਨੀ ਸਾਹਿਬ ਪੂਰੀ ਐਨਕਾਂ ਸਿਰਾਂ 'ਤੇ ਚਾੜ ਕੇ ਮੌਸਮ ਇੰਜੋਏ ਕਰ ਰਹੇ ਨੇ। ਇਹ ਗੱਲ ਹੈ ਭਾਈ ਨੇ ਜਨਾਬ, ਇਹ ਫਿਰਿਆ ਜਾ ਰਿਹਾ ਅੱਜ ਖੁੱਲ੍ਹ ਰਹੇ ਕੋਲ, ਕਿਆਨੀ ਸਾਹਿਬ ਆਏ, ਸੇਠ ਸਾਹਿਬ, ਕਿਆਨੀ ਸਾਹਿਬ ਅਤੇ ਸ਼ਬੀਰ ਭਾਈ, ਉਹਨਾਂ ਨੂੰ ਲਾ ਦਿੱਤਾ ਸੀ ਪਹਿਲਾਂ ਇੱਥੇ ਆ ਗਿਆ। ਅਤੇ ਆਪੇ ਜਨਾਬ ਲੋੜਦੇ ਰਹੇ ਹਾਂ ਪਾਰਕਿੰਗ, ਪਾਰਕਿੰਗ ਗੱਡੀ ਖਿਲਾਈ ਹੈ, ਹੁਣ ਪੈਦਲੋ ਪੈਦਲ ਇਹ ਦੇਖ ਸਕਦੇ ਹੋ ਤੁਸੀਂ, ਠੀਕ ਹੈ ਜੀ। ਉਸ ਪਾਸੇ ਗੱਡੀ ਖਲੋਤੀ ਹੈ ਦੁਨੀਆ ਬੱਸਾਂ ਦੇ ਇੰਤਜ਼ਾਰ 'ਚ, ਉਹ ਸਾਹਮਣੇ ਪ੍ਰਾਈਮ ਪਾਰਕ ਆ ਗਈ ਹੈ, ਉੱਥੇ ਜਾਂਦੇ ਹਾਂ। ਸੇਠ ਸਾਹਿਬ ਫਰਮਾਇਆ ਜੀ ਉਹਦੇ ਕੋਲ ਆਵੋ, ਉੱਥੇ ਜ਼ਾਰਾ ਸਾਹਿਬਾਂ ਦਾ ਜ਼ਾਰਾ ਕੋਲ ਜਾਣਾ ਹੈ ਸਾਹਿਬ। ਪ੍ਰਾਈਮ ਮਾਰਕ ਦੀ ਬੈਕ ਸਾਈਡ ਤੋਂ ਨਿਕਲ ਗਿਆ ਇੱਧਰ ਕਿਤੇ ਜ਼ਾਰਾ ਸਾਹਿਬਾਂ, ਹੁਣ ਅਸਾਂ ਜਾਣਾ ਜ਼ਾਰਾ ਕੋਲ। ਫੋਨ ਕਰਨਾ ਪਿਆ ਕਿਆਨੀ ਸਾਹਿਬ ਨੂੰ, ਭਾਈ ਝੂਰੇ ਨੂੰ, ਕੋਈ ਬੰਦਾ ਮੇਰਾ ਫੋਨ ਚੁੱਕ ਕੇ ਰਾਜ਼ੀ ਨਹੀਂ ਹੈ, ਹੁਣ ਇੱਥੇ ਪਤਾ ਲੱਗ ਕਰਦੇ ਹਾਂ। ਇੱਥੇ ਹੀ ਹੈ ਕਿਤੇ ਜਿਹੜਾ ਨਾ ਜ਼ਾਰਾ ਤਾਂ ਹੋਣੀ ਚਾਹੀਦੀ ਹੈ। ਬਰ ਬੁਰੀ ਬਾਤ ਹੈ ਯਾਰ, ਫੋਨ ਕਰ ਲੈ ਪਿਆ ਐਡੀ ਲਿਆਈ, ਪਰ ਚਲੋ ਆ ਗਏ ਇੱਥੇ ਵੱਡੇ ਰੰਭਲੇ 'ਤੇ, ਇੱਥੇ ਤੱਕ ਨਹੀਂ ਹੁਣ ਜੇ ਕਿਤੇ ਨਿਕਲ ਆਏ ਵੀਰੇ, ਅੱਲਾ ਖੈਰ ਕਰੇ ਤਾਂ ਅੱਲਾ ਕਰੀਮ ਇਨਸ਼ਾ ਅੱਲਾ। ਉਹ ਜ਼ਾਰਾ ਵੀ ਆ ਗਈ ਸਾਹਮਣੇ ਜੀ, ਇੱਧਰ ਕੋਸਤਾ, ਹੁਣ ਪਤਾ ਨਹੀਂ ਉਹ ਕਿਹੜੇ ਪਾਸੇ ਵੜੇ ਹੋਣੇ ਜਾ ਕੇ। ਇਹ ਜਨਾਬ ਦੇਖ ਲਓ ਰੌਣਕਾਂ ਤੁਸੀਂ ਟਾਊਨ ਸੈਂਟਰ ਦੀਆਂ, ਮਿਊਜ਼ਿਕ ਚੱਲ ਰਹੇ ਆ, ਲੋਕ ਘੁੰਮ ਫਿਰ ਰਹੇ ਆ। ਜ਼ਾਰਾ ਫੋਨ ਕਰਦੇ ਹਾਂ ਅਤੇ ਉਹਨਾਂ ਨੇ ਕਿੱਥੇ ਫੋਨ ਹੈ ਸਵੇਰੇ ਸੁਣਨਾ ਸਾਡਾ। ਪਰ ਚਲੋ ਪ੍ਰਾਈਮ ਮਾਰਕ ਜ਼ਾਰਾ ਆਖਿਆ ਨਾ ਅਸੀਂ ਪਹੁੰਚ ਆਏ, ਦੇਖ ਲਓ ਲੋਕ ਕਿਸ ਤਰ੍ਹਾਂ ਆ ਵੀ ਜਾ ਰਹੇ ਨੇ, ਜਾ ਵੀ ਜਾ ਰਹੇ ਨੇ। ਇਹ ਪੂਰਾ ਟਾਊਨ ਦਾ ਜਿਹੜਾ ਨਾ ਇਹ ਸੈਂਟਰ ਦਾ ਮੰਜ਼ਰ ਹੈ, ਹੁਣ ਅੱਲਾ ਖਰਾ ਗੁਰੂ ਅੱਲਾ ਵਜਣ ਸਹੀ, ਅੱਲਾ ਕਰੀਮ ਇਨਸ਼ਾ ਅੱਲਾ ਜ਼ਵਜਾ ਆਵਾਮ ਕਰ। ਇਹ ਜਿਹੜਾ ਬੁੱਲ ਰਿੰਗ ਵਾਲਾ ਬੁੱਲ ਹੈ ਨਾ ਜਨਾਬ, ਇਹ ਜਿਹੜਾ ਬੁੱਲ ਰਿੰਗ ਜਿਹਦੇ ਨਾਂ ਤੋਂ ਮਸ਼ਹੂਰ ਹੈ ਨਾ, ਇਹ ਬੁੱਲ ਹੈ। ਇਸ ਬੁੱਲ ਨੇ ਜਿਹੜਾ ਸਾਰਾ ਰੱਫੜ ਪਾਏ ਆ ਜੀ, ਇਹਦਾ ਮਸਲਾ ਸਾਰਾ ਜਿਹੜਾ ਨਾ ਇਹ ਬੁੱਲ ਸਾਹਿਬ ਨੇ ਜਿਹਨਾਂ ਨੇ ਬੁੱਲ ਰਿੰਗ ਨੂੰ ਰੌਲਾ ਪਾਇਆ। ਹੁਣ ਦੇਖਦੇ ਹਾਂ, ਵੇਟ ਕਰਦੇ ਹਾਂ, ਫੋਨ ਮਿਲਾਉਂਦੇ ਹਾਂ ਕਿਆਨੀ ਸਾਹਿਬ ਨੂੰ, ਜੇ ਹੁਣ ਚੁੱਕ ਲਿਆ ਉਹਨਾਂ ਨੇ ਤਾਂ ਦੀ ਗੱਲ ਹੈ। ਇਹ ਤਾਂ ਫੋਨ ਮਿਲਾ ਰਹੇ ਹਾਂ, ਮਗਰ ਉਹਨਾਂ ਵੀ ਕਸਮ ਪਾਈ ਹੈ ਵੀ ਚੁੱਕਣਾ ਕੋਈ ਨਹੀਂ ਹੈ। ਇਹ ਦੇਖ ਸਕਦੇ ਹੋ ਤੁਸੀਂ ਜਨਾਬ, ਉਹ ਕਾਸਤਾ ਬਸ ਨਜ਼ਰ ਆ ਜਾਣੀ, ਬਾਕੀ ਤੱਕਣੇ ਆ ਵਾਮ ਤੁਹਾਨੂੰ ਤਕਾ ਰਹੇ ਹਾਂ। ਇਹ ਹੈ ਜਨਾਬ, ਜਨਾਬ ਫਾਈਨਲੀ ਲੋੜ ਲੈਣ ਸਾ ਕਿਆਨੀ ਸਾਹਿਬ, ਸੇਠ ਸਾਹਿਬ, ਇਹ ਜਨਾਬ ਸ਼ਬੀਰ ਭਾਈ ਸਾਹਿਬ, ਹੁਣ ਫੱਡਾ ਬਣੇ ਆ ਕਿ ਬੁੱਲ ਭਾਈ ਨਾਲ ਕਿਹਨਾਂ ਜਗ੍ਹਾ ਫੋਟੋ ਬਣਵਾਉਣੀ ਹੈ, ਕੁਰਬਾਨੀ ਦੇਣੀ ਹੈ ਸ਼ਬੀਰ ਸਾਹਿਬ ਅਤੇ ਸੇਠ ਸਾਹਿਬ, ਗਏ ਜੀ ਦੋ ਜਣੇ ਟੁਰ ਗਏ ਨਾ ਲਾ ਕਰ ਆ ਦੇਣ ਜੀ, ਬੁੱਲ ਨੂੰ ਸਿੱਘੂ ਪਕੜੋ ਨਾ, ਇਹ
ਸੇਠ ਸਾਹਿਬ ਤੁਸੀਂ ਵੀ ਹੱਥ ਰੱਖੋ। ਇਹ ਜਨਾਬ ਆਵਾਮ ਪਹੁੰਚ ਆਈ ਹੈ। ਕੇਰ ਸਾਹਿਬ ਤੁਸੀਂ ਵੀ ਜਾਓ, ਤੁਹਾਡੀ ਵੀ ਵੀਡੀਓ 'ਚ ਤੁਹਾਡੇ ਬੋਲ ਨੂੰ ਲਿਆਉਂਦੇ ਹਾਂ ਨਾ। ਪਤਾ ਲੱਗਾ ਕਿਆਨੀ ਸਾਹਿਬ ਬਰਮਿੰਘਮ ਆਇਆ। ਦੇਖੋ ਜੀ ਬਹੁਤ ਰਸ਼ ਜਾ ਰਿਹਾ ਜੀ, ਅਸਲ ਮੌਸਮ ਬੜਾ ਜ਼ਬਰਦਸਤ ਹੈ ਨਾ। ਇਹ ਦੇਖਾ ਜੀ, ਸਾਡੇ ਵੀਰ ਰਾਉਂਡ ਜਿਹੜੇ ਨੇ ਸਾਰੇ ਆ ਸਕਦੇ ਸਾਰੇ। ਚਲੋ ਕਿਧਰੋਂ ਆਉਣੇ ਆ ਲੋ ਸਾਰੇ, ਇਹ ਜਨਾਬ ਲਾਦੇ ਅਸਾਂ ਲੱਗਣ ਸਾਡੇ ਸ਼ਹਿਜ਼ਾਦਾ ਵੀਰ ਤੱਕੇ ਟੋਪੀ ਲਾ ਕੇ ਜ਼ਿਆਰਤ ਕਰਾ ਰਿਹਾ। ਟੋਪੀ ਮੈਂ ਕਦੇ ਪਾਈ ਨਹੀਂ ਹੈ। ਅੱਛਾ, ਇਸੇ ਨੂੰ ਡਰਾਮਾ ਬਾਸੀ। ਇਹ ਜਨਾਬ ਬੁੱਲ ਰਿੰਗ ਦੇ ਵਿੱਚ ਅਸੀਂ ਖਲੋ ਗਏ ਜਿਹੜੇ ਨਾ, ਇੱਥੋਂ ਨਜ਼ਾਰਾ ਲੈ ਰਹੇ ਹਾਂ। ਕਿਆਨੀ ਕਾਫੇ ਪੀਣੀ ਹੈ, ਮਗਰ ਕਾਫੇ ਪੀਣੀ ਹੈ, ਜਗ੍ਹਾ ਬਾਹਰ ਬਹਿਣ ਦੀ ਲੱਭ, ਇਹੀ ਗੱਲ ਹੈ ਜੀ। ਇੱਥੇ ਜਗ੍ਹਾ ਨਹੀਂ ਲੱਭ ਰਹੀ ਭਾਈ ਜਾਨ ਸਾਡੇ, ਹੁਣ ਦੇਖਦੇ ਹਾਂ ਵੀ ਕਿੱਥੇ ਜਗ੍ਹਾ ਬਹੀਏ। ਮੇਰੀ ਤਾਂ ਵੈਸੇ ਹੋ ਗਈ ਹੈ ਬਸ, ਸਿਰਫ ਕਿਆਨੀ ਸਾਹਿਬ ਜਿਹੜੇ ਨੇ ਇਹ ਹਾਜੀ ਸਾਹਿਬ ਦਾ ਸ਼ੌਕ ਹੈ ਫਿਰਨ ਦਾ। ਹੁਣ ਜਨਾਬ ਦੇਖ ਸਕਦੇ ਹੋ ਬੋਲ ਰਿੰਗ ਦੇ ਅੰਦਰ ਦੀ ਜਿਹੜੀਆਂ ਨਜ਼ਾਰੇ ਨੇ ਇਹ ਲਵਾ ਕਰਦੇ ਹਾਂ ਅਸ। ਇਹ ਹੈ ਬੋਲ ਰਿੰਗ। ਇਹ ਤੱਕੋ ਜੀ ਸੇਠ ਸਾਹਿਬ, ਸ਼ਬੀਰ ਸਾਹਿਬ ਅਤੇ ਸੇਠ ਸਾਹਿਬ, ਇਹ ਤੱਕ ਲੈ ਲਓ ਜੀ, ਠੀਕ ਹੋ ਗਏ। ਪਰ ਅੱਜ ਬਹੁਤ ਮਿਸ ਕਰ ਰਹੇ ਹਾਂ। ਕਿਸ ਨੂੰ ਮੈਂ ਮਿਸ ਕਰ ਰਹੇ ਹਾਂ ਕਿਨ ਸਾਹਿਬ? ਬਸ ਫੱਲੀ ਭਾਇਨ, ਫੱਲੀ ਨੂੰ ਅਸੀਂ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ। ਫਿਰ ਚਲੋ ਮੈਂ ਨਹੀਂ ਆਖਦਾ, ਤੁਸੀਂ ਆਖ ਲਵੋ, ਪਰ ਭਾ ਫੱਲੀ ਅੱਜ ਧੋਖਾ ਦੇ ਗਿਆ ਜੀ। ਦੂਰੋਂ ਆਈ ਹੈ ਪਰ ਭਾਈ ਫੱਲੀ ਸਾਡੇ ਨੇ ਧੋਖਾ ਦਿੱਤਾ, ਬਟ ਕੋਈ ਗੱਲ ਨਹੀਂ, ਸ਼ਾਮੀ ਉਹਦੇ ਨਾਲ ਵੀ ਮੁਲਾਕਾਤ ਹੋ ਸੀ। ਬੋਲ ਰਿੰਗ ਦੇ ਵਿੱਚ ਖਾਡੀ ਦੀ ਵੀ ਦੁਕਾਨ ਹੈ, ਇੱਥੋਂ ਗੁਜ਼ਰ ਰਿਹਾ ਤਾਂ ਮੈਂ ਚਲੋ ਥੋੜ੍ਹਾ ਜਿਹਾ ਖਾਡੀ ਵਾਲਿਆਂ ਦਾ ਵੀ ਜਿਹੜੇ ਨੇ ਨੈਕਸਟ ਫਰੈਗਰੈਂਸ ਜੇ ਉਹ ਤਾਂ ਹੈ ਵੈ, ਤਾਂ ਨਾਲ ਖਾਡੀ ਵਾਲਿਆਂ ਨੇ ਵੀ ਦੁਕਾਨ ਜਿਹੜੀਆਂ ਨੇ ਬੋਲ ਰਿੰਗ ਦੇ ਵਿੱਚ ਜਨਾਬ ਬਣਾਈ ਹੈ, ਉਹ ਵੀ ਦੇਖ ਲਈਏ। ਘੰਟਾ ਹੋ ਗਿਆ ਜਨਾਬ ਸਾਨੂੰ ਇਸ ਸ਼ਾਪ ਦੇ ਵਿੱਚ, ਸਕੈਚਰ ਦੇ ਵਿੱਚ। ਭਾਈਜਾਨ ਕਿਆਨੀ ਸਾਡੇ ਜਿਹੜੇ ਨੇ ਬੂਟ ਲੱਗੇ ਨੇ ਪਸੰਦ ਕਰਨ, ਹੁਣ ਅੱਲਾ ਕਰਾ ਕਦਾ ਬੂਟ ਪਸੰਦ ਹੋ ਜਾਣ ਤਾਂ ਫਿਰ ਸਾਡੀ ਇੱਥੋਂ ਜਿਹੜਾ ਨਾ ਜਾਣਾ। ਆਹਾ, ਕਿਆ ਬਾਤ ਹੈ ਜੀ, ਸੱਸ ਆ ਗਈ ਹੈ ਜੀ। ਉਹ ਪੂਰਾ ਇੱਕ ਘੰਟਾ ਹੋ ਗਿਆ ਭਾਈ ਹੋਰੀ ਇੱਕ ਪੈਰ ਪਾ ਕੇ ਫਿਰਦੇ ਨੇ ਪਏ, ਬਾਕੀ ਕੋਈ ਸਮਝ ਨਹੀਂ ਆਉਂਦੀ ਵੀ ਕਿਹੜੇ ਵੇਲੇ ਬਰਾਬਰ ਆਉਣੇ। ਐਡੀ ਕਸਬ ਹੈ ਸ਼ਾਪਿੰਗ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਤੱਕੀ ਆ, ਉਹ ਮੈਨੂੰ ਤਾਂ ਇਹਨਾਂ ਨੇ ਦੁਖੀ ਕਰ ਸੱਟਿਆ ਜੀ, ਇਹਨਾਂ ਥਕਾ ਸੱਟਿਆ ਕਿ ਦੁਕਾਨ 'ਚ ਭਾਈ ਅਤੇ ਭਾਈਜਾਨ ਕਿਆਨੀ ਸਾਹਿਬ ਇਹਨਾਂ ਨੂੰ ਸ਼ੂਜ਼ ਹੀ ਨਹੀਂ ਪਸੰਦ ਆ ਰਹੇ, ਬੰਨਦੇ ਨੇ, ਲਾਂਦੇ ਨੇ, ਪਾਉਂਦੇ ਨੇ, ਖੋਲਦੇ, ਨਾ ਨਾ ਅਜੇ ਵੀ ਨਹੀਂ ਆਉਣੇ, ਨਹੀਂ ਆਉਂਦੇ ਜੀ, ਕੋਈ ਚਾਂਸ ਨਹੀਂ। ਫਾਈਨਲੀ ਜਨਾਬ ਸਾਡੇ ਭਾਈਚਾਰ ਨੇ ਜਿਹੜੇ ਨੇ ਇਹ ਦੇਖ ਸਕਦੇ ਹੋ ਸਕੈਚਰ 'ਚ ਸ਼ਾਪਿੰਗ ਕਰਕੇ ਉਹਨਾਂ ਨਾਲ ਪੂਰਾ ਬੈਗ ਵੀ ਦਿੱਤਾ, ਸਨੈਕਰ ਹੀ ਆ ਸਕੈਚਰ ਜੋ ਵੀ ਹੈ। ਅਸੀਂ ਜੀ ਫਾਈਨਲੀ ਅੱਲਾ ਕਰਮ ਕੀਤਾ ਕਿ ਭਾਈਚਾਨ ਸਾਡੇ, ਭਾਈ ਮੈਨੂੰ ਪੜਾਓ ਸੀ, ਨਹੀਂ ਮੈਂ ਭਾਈ ਨੇ ਮੈਨੂੰ ਪਕੜਾਓ ਨਾ, ਮੈਂ ਕਿਹਾ ਭਾਈ ਨੂੰ ਬੂਟ ਮੈਨੂੰ ਪਕੜਾ ਛੱਡੋ ਤਾਂ ਨਸ ਕੇ ਨਹੀਂ ਦਿੰਦੇ ਪਏ। ਪਰ ਅਲਹਮਦੁਲਿਲਾ ਜੀ ਹੁਣ ਵਾਪਸੀ ਰਵਾਨਗੀ ਜਿਹੜੀ ਹੈ, ਕਾਫਲਾ ਹੁਣ ਘਰ ਆ ਰਵਾਨਾ ਹੋਵੇਗਾ ਯਾਰ। ਭਾਈ ਜਾਨ ਦੱਸੋ ਕਾਫਲੇ ਨੇ ਹੁਣ ਕਿੱਧਰ ਜਾਣਾ, ਹੁਣ ਨਿਆਦਨ ਦੀ ਕਾਫੀ ਜੀ ਭਾਈ ਜੀ, ਰੋਟੀ ਖਾ ਲਈ ਕੇ ਚਾਹ ਕਾਫੀ ਪੀ ਲਈ ਏ। ਅੱਛਾ ਅੱਛਾ, ਜੁੱਤੀ ਤੁਸੀਂ ਲੈ ਦਿੱਤੀ ਏ, ਚਲ ਅੱਲਾ ਪਾਕ ਖੈਰ ਕਰੇ ਤੇ ਅੱਲਾ ਨਸੀਬ ਕਰੇ। ਤੇ ਫਾਈਨਲੀ ਜਨਾਬ ਇੱਥੋਂ ਨਿਕਲਨੇ ਆ ਬਾਹਰ, ਤੇ ਇਹ ਤੁਹਾਨੂੰ ਇੱਥੇ ਦੁਕਾਨੇ ਆ ਜਿਹੜਾ ਬੱਸ ਗੇਟ ਹੈ ਜਿੱਥੋਂ ਜਿਹੜਾ ਨਾ ਸਲਾਈ ਫਿਰਦੀ ਹੈ। ਇਹ ਜਨਾਬ ਹੁਣ ਨਿਕਲ ਗਏ ਨਾ, ਚੱਲ ਗਿਆ ਸ਼ੀਲਾ ਨੂੰ ਮਾਰਨੇ ਆ,
ਸਟਾਰਟ ਚਾਬੀ ਤੇ ਚੜ ਕੇ ਵਤਨਾਂ ਨੂੰ ਅੱਗੇ ਹੋਰ ਬੜੇ ਕੰਮ ਪਏ ਨਾ ਦਿਨ ਯਾਦ ਨੂੰ ਜੀ ਇਹ ਯਾਦਗਾਰ ਦਿਹਾੜ ਨਾ ਨਾ ਲੱਗੇ ਆ ਅਲਹਮਦੁਲਿਲਾ ਯਾਦਗਾਰ ਦਿਹਾੜ ਹੈ ਇਹ ਭਾਈ ਜਾਨ ਜਿਹੜੀ ਦਿਹਾੜ ਹੈ ਨਾ ਯਾਦਗਾਰ ਹੈ ਭੱਜੀ ਨਹੀਂ ਜੇ ਇਹਨੂੰ ਮੈਂ ਭੱਜੇ ਨਾ ਸ਼ਾਮਿਲ ਕਰਦਾ ਅਲਹਮਦੁਲਿਲਾ।